ਪੰਜਾਬ 'ਚ ਜਿੱਥੇ ਸਿਆਸੀ ਪਾਰਾ ਆਪਣੇ ਅੰਤਿਮ ਚੜਾਅ 'ਚ ਹੈ, ਕਿਉਂਕਿ ਇੱਕ ਹਫ਼ਤੇ ਦੇ ਵਿੱਚ ਪੰਜਾਬ 'ਚ ਚੁਣਾਵ ਹੋਣ ਵਾਲੇ ਨੇ, ਅਤੇ ਇਸ ਕਰਕੇ ਹਰ ਰਾਜਨੀਤਿਕ ਪਾਰਟੀ ਦਾ ਨੇਤਾ ਆਪਣਾ ਜ਼ੋਰ ਲਗਾ ਰਿਹਾ। ਇਸ ਵੇਲੇ ਸਾਡੇ ਨਾਲ ਮੌਜੂਦ ਨੇ ਅੰਮ੍ਰਿਤਸਰ ਦੇ ਹਲਕਾ ਕੇਂਦਰੀ ਤੋਂ ਕਾਂਗਰਸ ਦੇ ਉਮੀਦਵਾਰ ਓਮ ਪ੍ਰਕਾਸ਼ ਸੋਨੀ। ਕਹਿਣਾ ਚਾਹੋਗੇ, ਕੀ ਕਹੋਗੇ ਜੀ ਹਲਕੇ ਦੀ ਕੀ ਸਮੱਸਿਆ ਹੈ, ਔਰ ਕਾਫ਼ੀ ਜ਼ਿਆਦਾ ਵਿਰੋਧੀਆਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਤੁਹਾਡਾ ਵਿਰੋਧ ਹੋ ਰਿਹਾ ਹਲਕੇ 'ਚ? ਮੇਰਾ ਵਿਰੋਧ ਹੋ ਰਿਹਾ? ਸੋ ਗੱਲ ਇਹ, 4 ਤਰੀਕ ਵਾਲੇ ਦਿਨ ਵੋਟਾਂ ਪੈਣੀਆਂ, 11 ਮਾਰਚ ਨੂੰ ਪਤਾ ਲੱਗ ਜਾਣਾ। ਸੋ ਵਿਰੋਧ ਤਾਂ ਉਹਨਾਂ ਦਾ ਹੁੰਦਾ ਜਿਨ੍ਹਾਂ ਦੀ ਸਰਕਾਰ ਹੋਵੇ, ਜਿਨ੍ਹਾਂ ਦੀ ਕਾਰਪੋਰੇਸ਼ਨ ਹੋਵੇ। ਕਾਰਪੋਰੇਸ਼ਨ 'ਚ BJP ਅਕਾਲੀ ਦਲ ਦਾ ਕਬਜ਼ਾ, ਸਰਕਾਰ ਵੀ ਇਹਨਾਂ ਦੀ ਪੰਜਾਬ ਦੀ ਅਤੇ ਸੈਂਟਰ ਸਰਕਾਰ ਵੀ ਇਹਨਾਂ ਦੀ। ਸ਼ਹਿਰ ਦੇ ਜੋ ਹਾਲਾਤ ਨੇ, ਜੋ ਵਪਾਰ ਦੇ ਹਾਲਾਤ ਨੇ, ਜੋ ਇੰਡਸਟਰੀ ਦੇ ਹਾਲਾਤ ਨੇ, ਸਾਰੇ ਇਹਨਾਂ ਕੋਲ ਦੁਖੀ ਨੇ। ਸੋ ਮੇਰਾ ਤਾਂ ਤੁਹਾਨੂੰ ਪਤਾ, ਲੋਕ ਪਿਆਰ ਮੇਰੇ ਨਾਲ ਕਰਦੇ ਆ, ਮੈਂ ਲੋਕਾਂ ਦੇ ਦੁੱਖ ਸੁੱਖ ਦਾ ਭਾਈਵਾਲ ਆ। ਸੋ ਮੈਂ ਅੱਜ ਦਾ ਨਹੀਂ, ਮੈਨੂੰ 28 ਸਾਲ ਹੋ ਗਏ ਨੇ ਸਿਆਸਤ 'ਚ, ਅੱਜ ਤੱਕ ਤਾਂ ਲੋਕ ਮੇਰੇ ਪਿੱਛੇ ਨਹੀਂ ਹਟੇ। ਸੋ ਹੁਣ ਵੀ ਤੁਸੀਂ ਵੇਖ ਲੈਣਾ, ਤੁਸੀਂ ਤਾਂ ਸ਼ਹਿਰ 'ਚ ਰਹਿੰਦੇ ਹੋ, ਤੁਹਾਨੂੰ ਪਤਾ ਵੀ ਆ ਵੀ ਸ਼ਹਿਰ ਦੇ ਕੀ ਹਾਲਾਤ ਹੈ, ਅਤੇ ਕਿਹੜੀ ਪਾਰਟੀ ਅਤੇ ਕਿਹੜੇ ਕੈਂਡੀਡੇਟ ਨੂੰ ਲੋਕ ਪਿਆਰ ਕਰਦੇ ਨੇ। ਜਿੱਤਾਂਗੇ, ਬੜੀ ਵੱਡੀ ਲੀਡ 'ਚ ਜਿੱਤਾਂਗੇ। ਤਰੁਣ ਚੁੱਕ ਜਿਹੜੇ ਤੁਹਾਡੇ ਸਾਹਮਣੇ ਖਲੋਤੇ ਨੇ, ਉਹਨਾਂ ਦਾ ਕਹਿਣਾ ਕਿ ਤੁਸੀਂ ਹਲਕੇ 'ਚ ਨਹੀਂ ਵਿਚਰੇ, ਅਸੀਂ ਵਿਕਾਸ ਜਿਹੜਾ ਕਰਾਇਆ ਵਾ, ਹਾਰ ਕੇ ਵੀ ਵਿਕਾਸ ਕਰਾਇਆ, ਤੁਸੀਂ ਕੁਛ ਵੀ ਨਹੀਂ ਕਰਾਇਆ। ਯਾਰ, ਕਿਹਦਾ ਨਾਂ ਲੈਂਦੇ ਆ? ਉਹਦਾ ਤਾਂ ਮੈਨੂੰ ਨਾਮ ਨਹੀਂ ਆਉਂਦਾ। ਕਰਨ ਚੁੱਕ ਕੇ ਚੁੱਕ ਕੀ ਆ ਉਹ, ਘਰ ਹਰਿਆ ਬੰਦਾ ਵੀ ਕੋਈ ਕਰ ਸਕਦਾ? ਇੱਕੋ ਹੀ ਕੰਮ ਕੀਤਾ, ਗਰੀਬਾਂ ਦੀ ਜਿਹੜੀ 2 ਰੁਪਏ ਕਿਲੋ ਕਣਕ ਵਾਲੀ ਆ, ਰੋਜ਼ ਫੜੀ ਜਾਂਦੀ ਆ, ਕਦੀ ਇਹਦੇ ਕਿਸੇ ਘਰੋਂ ਆਉਣ ਪਿੱਛੇ ਦੇ ਭੜੇਵੇਂ ਦੇ ਘਰੋਂ 800 ਬੋਰੀ ਫੜੀ ਗਈ ਆ। ਇਹਨੇ ਕੋਈ ਕੰਮ ਕੀਤਾ, ਇਹਨੂੰ ਸ਼ਹਿਰ 'ਚ ਕਣਕ ਬਾਦਸ਼ਾਹ ਕਹਿੰਦੇ ਨੇ ਬਸ। ਸੋ ਮੈਂ ਤਾਂ ਜ਼ਿਆਦਾ ਗੱਲ ਕਰਨੀ ਨਹੀਂ ਇਹਦੇ ਬਾਰੇ। ਸੋ ਟਾਈਮ ਆ ਗਿਆ, ਤੁਹਾਨੂੰ ਆਪੇ ਪਤਾ ਲੱਗ ਜਾਊ। ਨੋਟਬੰਦੀ ਹੋਈ ਹੈ, ਕੀ ਸਮਝਦੇ ਹੋ ਕਿ ਕਾਂਗਰਸ ਇਹਦਾ ਐਜ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਤੇ ਨਾ ਕਿਤੇ, ਜਾਂ ਆਮ ਆਦਮੀ ਪਾਰਟੀ ਵੱਲ ਲੋਕਾਂ ਦਾ ਝੁਕਾਵ ਜਾ ਰਿਹਾ? ਦੇਖੋ, ਨੋਟਬੰਦੀ ਜਿਹੜੀ ਹੋਈ ਹੈ, ਉਹਦੇ ਨਾਲ ਆਮ ਗਰੀਬ ਲੋਕ, ਮੀਡੀਅਮ ਲੋਕ, ਦੁਕਾਨਦਾਰ, ਛੋਟੇ ਸਮਾਜ ਕੇ ਇੰਡਸਟਰੀ ਵਾਲੇ ਸਾਰੇ ਇਹਨਾਂ ਲੈਣਾ ਚ ਲਵਾ ਤੇ। ਸੋ ਵੱਡਿਆਂ ਨੂੰ ਫਰਕ ਨਹੀਂ ਪਿਆ। ਮੋਦੀ ਜੀ ਉਦੋਂ ਆਉਂਦੇ ਸੀ, 10% ਲੋਕਾਂ ਨੂੰ ਫਰਕ ਪੈਣਾ ਜਿਹੜੇ ਬੜੇ ਅਮੀਰ ਨੇ। ਸੋ ਹੁਣ ਮੋਦੀ ਜੀ ਦੱਸਣ ਵੀ 10% ਨੂੰ ਫਰਕ ਪਿਆ ਕਿ 90% ਨੂੰ ਫਰਕ ਪਿਆ? 10% ਜਿਹੜੇ ਤਗੜੇ ਸੀ ਉਹਦੇ ਲੈਣਾ 'ਚ ਲੱਗੇ ਨਹੀਂ, ਅਮੀਰ ਬੰਦੇ ਅਤੇ ਮਾਰੇ ਗਏ, ਮਾਤੜ ਗਏ, ਗਰੀਬ ਮਾਰੇ ਗਏ। ਸੋ ਨੋਟਬੰਦੀ ਦਾ ਬੜਾ ਵੱਡਾ ਇਫੈਕਟ ਆ। ਇਹ ਹੁਣ ਲੱਛਣਾਂ 'ਚ ਪਤਾ ਲੱਗੂਗਾ ਕਿ ਲੋਕ ਇਹਨਾਂ ਦਾ ਹਾਲ ਕੀ ਕਰਦੇ ਨੇ। ਅੱਛਾ ਜੀ, ਜਿਹੜੇ ਡਾਕਟਰ ਅਜੇ ਗੁਪਤਾ ਨੇ, ਉਹ ਤੁਹਾਡੇ ਕਾਫ਼ੀ ਨਜ਼ਦੀਕੀ ਰਹੇ ਨੇ, ਉਹਨਾਂ ਦੇ ਨਾਲ ਸੰਜੇ ਸ਼ਰਮਾ ਕੌਂਸਲ ਵੀ ਨੇ, ਉਹ ਚਲੇ ਗਏ ਨੇ ਤੁਹਾਨੂੰ ਛੱਡ ਕੇ, ਕੀ ਸਮਝਦਾ ਨੁਕਸਾਨ ਇਹਦਾ ਕਾਂਗਰਸ ਪਾਰਟੀ ਨੂੰ ਹਲਕੇ 'ਚ ਮਿਲ ਸਕਦਾ? ਕੋਈ ਨੁਕਸਾਨ ਨਹੀਂ, ਇਹ ਤਾਂ ਪਹਿਲੀ ਵਾਰੀ ਮੇਰੀ ਮੁਖਾਲਫਤ ਕੀਤੀ ਪਾਰਲੀਮੈਂਟ 'ਚ ਵੀ ਮੁਖਾਲਫ, ਤੁਹਾਨੂੰ ਪਤਾ ਕਾਂਗਰਸ ਦਾ ਜਿਹੜਾ ਗਰੁੱਪ ਸੀ ਉਹ ਸ਼ੁਰੂ ਤੋਂ ਮੇਰੇ NTA ਚੱਲਦੇ ਰਹੇ ਨੇ। ਸੋ ਪਿਛਲੀ ਇਲੈਕਸ਼ਨ 'ਚ ਵੀ ਪਾਰਲੀਮੈਂਟ 'ਚ ਵੀ, ਉਦੋਂ ਪਹਿਲਾਂ ਵੀ ਮੈਂ ਤਾਂ 7ਵਾਂ ਇਲੈਕਸ਼ਨ ਲੜਨ ਜਾ ਰਿਹਾ, ਪਹਿਲਾਂ ਮੇਰੇ ਨਾਲ ਕਦੋਂ ਸਾਨੇ। ਸੋ ਇਹਨਾਂ ਨੂੰ ਪਤਾ ਲੱਗਦਾ, ਕਦੀ ਆਪ ਜੀ ਚੱਲ ਗਏ, ਕਦੀ ਅਕਾਲੀਆਂ ਨਾਲ ਮਿਲ ਗਏ, ਕਦੀ BJP ਨਾਲ ਮਿਲ ਗਏ, ਇੱਕ ਦੇ ਇੱਕ ਤਾਂ ਖਲੋਂਦੇ ਨੇ। ਹੁਣ ਪਤਾ ਲੱਗ ਹੀ ਜਾਣਾ ਤੁਹਾਨੂੰ, ਹੁਣ ਟਾਈਮ ਨੇ ਦੱਸ ਹੀ ਜਾਣਾ, ਮੈਨੂੰ ਕੀ ਪੁੱਛਣਾ, ਤੁਸੀਂ ਲੋਕਾਂ ਨੂੰ ਪੁੱਛੋ ਜਾ ਕੇ। ਕੀ ਸਮਝਦੇ ਵਿਕਾਸ ਦੀ ਜ਼ਰੂਰਤ ਹੈ ਜੀ ਤੁਹਾਡੇ ਹਲਕੇ ਨੂੰ? ਬਹੁਤ ਵੱਡੀ ਜ਼ਰੂਰਤ ਹੈ ਵਿਕਾਸ ਦੀ, ਬਹੁਤ ਵੱਡੀ ਲੋੜ ਹੈ ਵਿਕਾਸ ਦੀ। ਇਹਨਾਂ ਕੀਤਾ ਹੀ ਕੱਖ ਨਹੀਂ 10 ਸਾਲਾਂ 'ਚ, ਇਹਨੇ ਇੱਕੋ ਕੰਮ ਕੀਤਾ ਜਾਂ ਲੋਕਾਂ ਨੂੰ ਲੁੱਟਿਆ ਜਾਂ ਕੁੱਟਿਆ, ਹੋਰ ਕੰਮ ਕੀਤਾ ਤਾਂ ਦੱਸ ਦਿਓ। ਕੁੱਲ ਮਿਲਾ ਕੇ ਇਹੋ ਹੀ ਕਹਿਣਾ ਸੀ ਕਿ ਜਿਹੜੀ ਵਿਕਾਸ ਦੇ ਦਾਅਵੇ ਜਿਹੜੀ ਅਕਾਲੀ ਦਲ ਭਾਜਪਾ ਸਰਕਾਰ ਕਰ ਰਹੀ ਹੈ, ਉਹ ਉਹਨਾਂ ਦੇ ਹਲਕੇ 'ਚ ਬਿਲਕੁਲ ਵੀ ਨਹੀਂ ਹੈ, ਜਿਹਦੇ ਕਰਕੇ ਲੋਕ ਦੁਖੀ ਨੇ, ਅਤੇ ਉਹ ਜਿਹੜੇ ਇਸ ਵਾਰ ਵੋਟਾਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਵੋਟ ਕਰਨਗੇ। ਸੁਮਿਤ ਖੰਨਾ, ਜਗਬਾਣੀ TV, ਅੰਮ੍ਰਿਤਸਰ।